ਪੰਜਾਬ ਸਰਕਾਰ ਸਾਰੇ ਸਕੂਲਾਂ ਨੂੰ ਸਮਾਰਟ ਸਕੂਲ ਬਣਾ ਕੇ ਬੱਚਿਆਂ ਦੀ ਸਿੱਖਿਆ ਵਧੀਆ ਬਣਾਉਣ ਦੇ ਦਾਅਵੇ ਤਾਂ ਕਰਦੀ ਹੈ, ਉੱਥੇ ਹੀ ਸਕੂਲਾਂ ਵਿੱਚ ਬੱਚਿਆਂ ਦੀ ਸਿੱਖਿਆ ਦੇ ਲਈ ਅਧਿਆਪਕਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਪਰ ਜਦੋਂ ਸਰਕਾਰੀ ਸਕੂਲਾਂ ਦੇ ਅਧਿਆਪਕ ਹੀ ਪਰੇਸ਼ਾਨ ਹੋ ਜਾਣ ਤਾਂ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ। ਅੱਜ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ NTC 2 ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਸਕੂਲ ਦੇ ਹੈੱਡ ਟੀਚਰ ਜਗਮੀਤ ਸਿੰਘ ਵੱਲੋਂ ਇੱਕ ਅਧਿਆਪਕ ਰੋਜ਼ੀ ਭਟੇਜਾ ਦੇ ਨਾਲ ਬਹਿਸਬਾਜ਼ੀ ਕਰਦਿਆਂ ਹਾਲਤ ਵਿਗੜ ਜਾਂਦੀ ਹੈ। ਸਮੁੱਚੇ ਸਕੂਲ ਦੇ ਅਧਿਆਪਕਾਂ ਨੇ ਸਕੂਲ ਦੇ ਹੈੱਡ ਟੀਚਰ ਜਗਮੀਤ ਸਿੰਘ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਕੂਲ ਦੀ ਹਿੰਦੀ ਦੀ ਟੀਚਰ ਮੈਡਮ ਰੋਜ਼ੀ ਭਟੇਜਾ ਨਾਲ ਬਦਤਮੀਜ਼ੀ ਨਾਲ ਗੱਲ ਕਰਨ 'ਤੇ ਉਸਦੀ ਹਾਲਤ ਇੱਕਦਮ ਖਰਾਬ ਹੋ ਗਈ ਅਤੇ ਉਹ ਬੇਹੋਸ਼ ਹੋ ਗਈ। ਕੀ ਕਿਹਾ ਅਧਿਆਪਕਾਂ ਨੇ, ਤੁਸੀਂ ਵੀ ਸੁਣੋ। ਮੈਂ ਪੁਸ਼ਪਿੰਦਰ ਸਿੰਘ ਹਰਪਾਲਪੁਰ, ਮੈਂ ਜ਼ਿਲ੍ਹਾ ਪ੍ਰਧਾਨ ਗੌਰਮੈਂਟ ਟੀਚਰ ਯੂਨੀਅਨ ਪਟਿਆਲਾ। ਅਸੀਂ ਹੁਣੇ ਪਹੁੰਚੇ ਹਾਂ, ਦੇਖਿਆ ਮੈਡਮ ਢਿੱਲੇ ਆ, ਬਿਮਾਰ ਹੈ ਇੱਥੇ, ਅਤੇ ਜੋ ਵੀ ਹੁਣ ਗੱਲਬਾਤ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਅਸੀਂ ਦੋਨਾਂ ਪਾਸਿਆਂ ਤੋਂ ਆਪਣਾ ਜਾਣਕਾਰੀ ਲੈਣ ਤੋਂ ਬਾਅਦ ਜੋ ਵੀ ਮਤਲਬ ਗੱਲਬਾਤ ਹੋਈ, ਅਸੀਂ ਇਹਨਾਂ ਦੇ ਹੱਕ 'ਚ ਖੜ੍ਹੇ ਹਾਂ। ਟੀਚਰ ਹਾਂ ਅਸੀਂ ਵੀ, ਇਹ ਟੀਚਰ ਕੈਟਾਗਰੀ ਹੈ, ਕੋਈ ਇੱਦਾਂ ਦੀ ਗੱਲ ਨਹੀਂ ਹੈ। ਸੋ ਅਗਲੀ ਜਿਹੜੀ ਗੱਲਬਾਤ ਹੋਊਗੀ ਅਸੀਂ ਦੋਨੇ ਪੱਖ ਲੈਣ ਤੋਂ ਬਾਅਦ ਅਗਲੀ ਗੱਲਬਾਤ ਕਰਾਂਗੇ। ਇਹਨਾਂ ਵੱਲੋਂ ਇਹ ਦੋਸ਼ ਲਾਏ ਜਾ ਰਹੇ ਨੇ, ਪੂਰਾ ਸਟਾਫ ਹੈ ਜਿੱਥੇ ਸ਼ਾਮਲ ਹੈ, ਵੀ ਉਹਨਾਂ ਵੱਲੋਂ ਇਹਨਾਂ ਨਾਲ ਵਧੀਕੀ ਕੀਤੀ ਜਾਂਦੀ ਹੈ। ਹਾਂ, ਬਿਲਕੁਲ ਠੀਕ ਹੈ ਜੀ। ਤਾਂ ਇਸ ਗੱਲ ਨੂੰ ਲੈ ਕੇ ਜਦੋਂ ਇੱਕ ਪਾਸੇ ਸਾਰਾ ਸਟਾਫ ਹੋਵੇ, ਇੱਕ ਟੀਚਰ ਇੱਕ ਪਾਸੇ ਹੋਵੇ, ਹਾਂਜੀ ਉਸ ਗੱਲ ਨੂੰ ਕਿਵੇਂ ਦੇਖਦੇ? ਨਹੀਂ, ਉਹ ਮਾੜੀ ਗੱਲ ਹੈ। ਜੇ ਦੇਖੋ, ਜੇ ਉਹ ਇੱਦਾਂ ਦੀ ਗੱਲ ਉਹਨਾਂ ਨੇ ਕੀਤੀ ਹੈ, ਬਹੁਤ ਗਲਤ ਗੱਲ ਹੈ। ਇਹ ਟੀਚਰ ਹੈ, ਟੀਚਰ ਦੇ ਨਾਲ ਇੱਦਾਂ ਨਹੀਂ ਹੋਣਾ ਚਾਹੀਦਾ। ਟੀਚਰ ਨੇ ਫਰੀ ਮਾਈਂਡ ਹੋ ਕੇ ਪੜ੍ਹਾਉਣਾ ਹੈ। ਜੇ ਟੀਚਰ ਦੇ ਕੋਈ ਬਰਡਨ ਪਾਇਆ ਜਾਂਦਾ, ਚਾਹੇ ਉਹ ਭਾਵੇਂ ਸਰਕਾਰ ਵੱਲੋਂ ਹੋਵੇ, ਭਾਵੇਂ ਸਕੂਲ ਮੁਖੀ ਵੱਲੋਂ ਹੋਵੇ, ਉਹ ਬਹੁਤ ਮਾੜੀ ਗੱਲ ਹੈ। ਅਸੀਂ ਇਸ ਦੀ ਨਿਖੇਧੀ ਕਰਦੇ ਹਾਂ। ਸੋ ਅਸੀਂ ਅਗਲੀ ਗੱਲ ਹੈ ਜਿਹੜੀ, ਉਹ ਗੱਲਬਾਤ ਕਰਨ ਤੋਂ ਬਾਅਦ ਅਸੀਂ ਕੋਈ ਜਿਹੜਾ ਵਿਚਾਰ ਅਗਲਾ ਦੱਸਾਂਗੇ। ਅਗਰ ਇਸ ਸੰਬੰਧੀ ਸੁਣਵਾਈ, ਇਹਨਾਂ ਦੀ ਡਿਮਾਂਡ ਹੈ ਵੀ ਇਹਨਾਂ ਨੂੰ ਬਦਲਿਆ ਜਾਵੇ, ਅਗਰ ਇਹ ਨਹੀਂ, ਇਹ ਤੋਂ ਤਬਾਦਲਾ ਹੁੰਦਾ ਤੇ ਇਸ ਸੰਬੰਧੀ ਤੁਸੀਂ ਅਸੀਂ ਉੱਚ ਅਧਿਕਾਰੀਆਂ ਦੇ ਨਾਲ ਗੱਲ ਕਰਾਂਗੇ। ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਵਾਂਗੇ ਵੀ ਇੱਦਾਂ ਇਹ ਘਟਨਾ ਘਟੀ ਹੈ, ਇਹ ਬਹੁਤ ਮਾੜੀ ਗੱਲ ਹੈ, ਇੱਦਾਂ ਨਹੀਂ ਹੋਣਾ ਚਾਹੀਦਾ। ਬਿਲਕੁਲ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਜਾਓ। ਪਰਮਦੀਪ ਕੌਰ ਹੈ, ਮੈਂ ਸਾਇੰਸ ਟੀਚਰ ਹਾਂ ਇੱਥੇ ਸਰ, ਗੌਰਮੈਂਟ ਹਾਈ ਸਕੂਲ ਰਾਜਪੁਰਾ ਟਾਊਨ NTC 2। ਸਰ ਮੈਂ ਦੇਖਿਆ ਕਿ 2017 ਤੋਂ ਜਦੋਂ ਸਰ ਮੈਨੂੰ ਬਹੁਤ ਸਟ੍ਰੈਸ ਦਿੱਤਾ ਸਰ ਨੇ, ਮੇਰੀਆਂ ਤੁਸੀਂ ਰਿਪੋਰਟਸ ਦੇਖ ਸਕਦੇ ਹੋ, ਮੇਰੇ ਹੱਥ ਮੁੜ ਗਏ ਸੀ। ਡਾਕਟਰ ਕਹਿੰਦਾ ਤੁਹਾਨੂੰ ਕਿਸੇ ਦਾ ਸਟ੍ਰੈਸ ਹੈ, ਸਾਰਾ ਦਿਨ ਸਰ ਸਾਰਾ ਦਿਨ ਅਸੀਂ ਪਾਗਲਾਂ ਵਾਂਗੂ, ਅਸੀਂ ਇੰਨੇ ਡੈਡੀਕੇਟਡ, ਸਾਡਾ ਬਹੁਤ ਮਿਹਨਤੀ ਸਟਾਫ ਹੈ, ਸਾਨੂੰ ਫਿਰ ਵੀ ਡੇਲੀ ਗਾਲਾਂ ਪੈਂਦੀਆਂ ਡੇਲੀ। ਕਦੇ ਸਰਦਾਰ ਜਗਮੀਤ ਸਿੰਘ ਸਰ ਉਹ ਕਹਿੰਦੇ ਤੁਹਾਨੂੰ ਮੈਂ ਚਾਰਜਸ਼ੀਟ ਕਰ ਦੂੰਗਾ, ਕੱਲ੍ਹ ਹੀ ਉਹ ਸਾਨੂੰ ਇੰਨਾ ਬੋਲ ਕੇ ਹਟੇ ਆ, ਛੁੱਟੀ ਤੋਂ ਬਾਅਦ ਚੋਂ ਸਰ ਇੰਨਾ ਬੋਲੇ। ਕੀ ਹੋਇਆ ਸਰ, ਸਾਡੀ PTM ਮੀਟ ਸੀਗੀ, PTM ਮੀਟ ਦੇ ਉੱਤੇ ਸਰ ਉਹਨਾਂ ਇੱਕ ਨਾ ਸੁਝਾਅ ਬਾਕਸ ਰੱਖਣਾ ਸੀ, ਇਹ ਸਕੂਲ ਵੱਲੋਂ ਰੱਖਿਆ ਜਾਣਾ ਸੀ ਸੁਝਾਅ ਬਾਕਸ। ਅਸੀਂ ਤਾਂ ਸਾਨੂੰ ਨਾ ਹੀ ਕਿਹਾ ਗਿਆ ਕਿ ਤੁਸੀਂ ਆਪਣੇ ਵੀ ਟੀਚਰ ਪੇਰੈਂਟਸ ਤੋਂ ਸੁਝਾਅ ਲੈਣੇ ਆ, ਸਾਨੂੰ ਉਸ ਦਿਨ ਤਾਂ ਕਿਹਾ ਨਹੀਂ ਗਿਆ। ਰਾਤ ਨੂੰ ਸਰ ਫੋਨ ਕਰਕੇ ਕਹਿ ਰਹੇ ਆ ਕਿ ਤੁਸੀਂ ਸੁਝਾਅ ਕਿਉਂ ਨਹੀਂ ਲਏ ਵੀ ਤੁਸੀਂ ਪੇਰੈਂਟਸ ਦੇ। ਸਰ ਅਸੀਂ ਸਾਨੂੰ ਉਸ ਦਿਨ ਵੀ ਸਾਨੂੰ ਇੰਨਾ ਜਾਣੀ ਆ ਤਾਂ ਪਹਿਲਾਂ ਦੱਸ ਦਿੰਦੇ, ਫਿਰ ਈਵਨਿੰਗ ਟਾਈਮ ਸਰ ਨੂੰ ਗੁੱਸਾ ਆ ਗਿਆ ਕਿ ਤੁਸੀਂ ਕਿਉਂ ਨਹੀਂ ਲਿੱਤੇ, ਫਿਰ ਸਾਨੂੰ ਇੰਨਾ ਬੋਲੇ। ਸਾਰਾ ਸਟਾਫ ਨੂੰ ਪਤਾ ਸਰ, ਸਾਰਾ ਸਟਾਫ ਖੜ੍ਹਾ ਸੀ ਉਸ ਟਾਈਮ 'ਤੇ, ਸਾਰੇ ਸਟਾਫ ਨੂੰ ਪਤਾ ਕੀ ਨਹੀਂ ਬੋਲਿਆ ਸਰ ਨੇ। ਸਰ ਸਾਡੇ ਹੱਥ ਪੈਰ ਕੰਬਣ ਲੱਗ ਜਾਂਦੇ, ਇੰਨੀ ਉੱਚੀ ਬੋਲਦੇ ਆ ਉਹ। ਅੱਜ ਕੀ ਗੱਲ ਹੋਈ ਸਰ? ਅੱਜ ਤਾਂ ਸਰ ਮੈਨੂੰ ਜਦੋਂ ਮੈਂ ਬਹੁਤ ਬਿਜ਼ੀ ਸੀ ਅੱਜ, ਮੈਂ ਆਪਣੇ ਫਾਰਮ, ਮੈਨੂੰ ਕਿਹਾ ਗਿਆ ਸੀਗਾ ਤੁਸੀਂ ਫਾਰਮ ਕੱਲ੍ਹ 11 ਵਜੇ ਤੱਕ ਫਿਲ ਕਰਨੇ ਆ, ਜੇ ਤੁਸੀਂ 11 ਵਜੇ ਤੱਕ ਨਹੀਂ ਫਾਰਮ ਫਿਲ ਕਰੋਗੇ ਤਾਂ ਤੁਹਾਡੇ 'ਤੇ ਕੋਈ ਐਕਸ਼ਨ ਕਰਿਆ ਜਾਊਗਾ, ਸਾਰੇ ਜਿੰਨੇ ਸਾਡਾ ਸਟਾਫ ਸੀਗਾ। ਅਤੇ ਅਸੀਂ ਸਾਰੇ ਫਾਰਮ ਲਗਾ ਰਹੇ ਸੀ ਆਪਣੇ ਬੱਚਿਆਂ ਦੇ ਐਡਮਿਸ਼ਨਸ ਵਾਲੇ। ਮੈਂ ਜਦੋਂ 2 ਵਜੇ ਆਈ ਤਾਂ ਮੈਨੂੰ ਉਦੋਂ ਪਤਾ ਲੱਗਿਆ ਕਿ ਰੋਜ਼ੀ ਮੈਮ ਨੂੰ ਉਹਨਾਂ ਨੇ ਕੁਛ ਬਹੁਤ ਬੁਰਾ ਬੋਲਿਆ, ਅਤੇ ਮੈਮ ਨਾ ਅੰਦਰ ਹੀ ਉਹਨਾਂ ਨੂੰ ਅੰਦਰ ਰੱਖਿਆ ਹੋਇਆ ਸੀ ਤਾਂ ਕਿ ਜਿਹੜਾ ਸਟਾਫ ਨੂੰ ਜੇ ਬਾਹਰ, ਕਹਿੰਦੇ ਜੋ ਸਟਾਫ ਜਾਊਗਾ ਉਦੋਂ ਬਾਹਰ ਲੈ ਕੇ ਆਉਣਗੇ ਤਾਂ ਕਿ ਕੋਈ ਦੇਖ ਨਾ ਲਵੇ। ਪਰ ਸਾਡਾ ਸਟਾਫ ਕਹਿੰਦਾ ਕਿ ਅਸੀਂ ਰੁਕਾਂਗੇ ਇੱਥੇ, ਸਾਡੇ ਟੀਚਰ ਨਾਲ ਇਸ ਤਰ੍ਹਾਂ ਹੋਇਆ, ਕੀ ਹੋਇਆ? ਅਤੇ ਫਿਰ ਇਹਨਾਂ ਨੇ ਸਾਡੇ ਸਾਹਮਣੇ ਹੀ ਫਿਰ ਉਹਨਾਂ ਨੂੰ ਗੱਡੀ 'ਚ ਲੈ ਕੇ ਹੋਸਪਿਟਲ ਲੈ ਕੇ ਆਏ ਹੈਗੇ। ਉਹਨਾਂ ਨੂੰ ਪਤਾ ਨਹੀਂ ਕੀ ਕੁਛ ਬੋਲਿਆ ਸਰ, ਉਹ ਬਹੁਤ ਨਾਈਸ ਟੀਚਰ ਹੈ, ਬਹੁਤ ਨਾਈਸ ਟੀਚਰ ਹੈ ਸਰ ਉਹ। ਅੱਜ ਗੱਲ ਇਹ ਹੋਈ ਹੈ ਜੀ, ਜਦੋਂ ਮਤਲਬ ਮੈਂ ਆਫਿਸ ਵਿੱਚ ਗਿਆ ਅਤੇ ਛੁੱਟੀ ਦਾ ਟਾਈਮ ਹੋ ਗਿਆ ਸੀ, ਜਦੋਂ ਅੰਦਰ ਗਿਆ ਅਤੇ ਰੋਜ਼ੀ ਮੈਡਮ ਨੂੰ ਇਹ 2-3 ਬੰਦੇ ਹੈੱਡ ਵੀ ਸੀ ਅਤੇ ਇੱਕ ਵੀਨਾ ਮੈਡਮ, ਜਿਹੜੇ ਵੀਨਾ ਮੈਡਮ ਰਿਟਾਇਰ ਹੋ ਗਏ ਹੈ, ਉਹ ਅੰਦਰ ਚੁੱਕ ਕੇ ਲੈ ਕੇ ਆ ਰਹੇ ਹਾਂ ਜੀ। ਉਸ ਤੋਂ ਬਾਅਦ ਪਤਾ ਚੱਲਿਆ, ਕਹਿੰਦੇ ਕਿ ਸਾਡੇ ਸਰਦਾਰ ਜੀ ਹੈਗੇ, ਇੱਕ ਹੈੱਡ ਮਾਸਟਰ ਦੂਜੇ ਸਕੂਲਾਂ ਤੋਂ ਆਏ ਕਿਤੋਂ, ਅਤੇ ਉਹਨਾਂ ਨੇ ਕਿਤੇ ਉਹਨਾਂ ਨੂੰ ਤਾੜ ਫਾੜ ਬਹੁਤ ਮਾੜਾ ਕਿਹਾ, ਮਾੜੇ ਸ਼ਬਦ ਮਿਸਬਿਹੇਵ ਕੀਤਾ, ਅਤੇ ਉਸ ਕਰਕੇ ਉਹ ਡਿਪਰੈਸ਼ਨ ਚਲੀ ਗਏ। ਇਸ ਟਾਈਮ ਵੀ ਹੋਸਪਿਟਲ ਦਾਖਲ ਹੈ, ਅਸੀਂ ਸਾਰਾ ਸਟਾਫ ਸਾਡਾ ਸਾਰਾ ਖੜ੍ਹਾ, ਸਾਰੇ ਅਸੀਂ ਪਰੇਸ਼ਾਨ ਹੈ ਜੀ ਇਸ ਚੀਜ਼ ਤੋਂ। ਉਹ ਇਹ ਨਹੀਂ ਪਤਾ ਵੀ ਕਿਸ ਟਾਈਮ ਉਹ ਕਿਸ ਦਾ ਸਪਸ਼ਟੀਕਰਨ ਕਰ ਬੈਠੇ, ਇਹਨਾਂ ਨੂੰ ਮਿਸ ਯੂਜ ਕਰਨ ਵਾਸਤੇ ਮੈਂ ਉਹ ਸ਼ਬਦ ਯੂਜ਼ ਨਹੀਂ ਕਰ ਸਕਦਾ ਕਿ ਲੇਡੀਜ਼ ਨੂੰ ਕਦੇ ਕਿਸ ਨੂੰ ਬਿਠਾਉਣਾ ਨੇੜੇ, ਕਦੇ ਕਿਸ ਨੂੰ ਬਿਠਾ ਲੈਣਾ। 4 ਸੀਟ ਤੱਕ ਕਰਤੇ ਮੈਡਮ, ਸਾਡੇ ਮੀਨਾ ਅਗਰਵਾਲ ਮੈਨੂੰ 4 ਸੀਟ ਕਰਤੇ, ਮਤਲਬ ਸਪਸ਼ਟੀਕਰਨ ਸਾਰਿਆਂ ਦੇ, ਮੇਰੇ ਵੀ 2 ਵਾਰ ਮੰਗਲੇ, ਹਰਜੀਤ ਮੈਡਮ ਦਾ, ਬਹੁਤ ਸਾਰੇ ਸਟਾਫ ਮੈਂਬਰ ਖੜ੍ਹੇ ਹੈ ਕਿ ਲੇਡੀਜ਼ ਐਸੀ ਕੋਈ ਨਹੀਂ
ਕਿ ਜਿਹੜੀ ਲੇਡੀਜ਼ ਨਾ ਰੋਈ ਹੋਵੇ, ਮਤਲਬ ਕਿ ਸਾਡਾ ਤਾਂ ਇੱਕ ਸਕੂਲ ਨਾ ਸਿਰਫ ਇੱਕ ਰੋਣ ਦਾ ਇੱਕ ਖਾਲਾ ਬਣ ਗਿਆ ਬਸ। ਪਰੇਸ਼ਾਨੀ ਸਰ ਇਹ ਹੈ ਕਿ ਇੱਥੇ ਕੋਈ ਬਿਹੇਵ ਠੀਕ ਨਹੀਂ ਹੈ, ਉਹਦਾ ਬਿਹੇਵ ਬਹੁਤ ਮਾੜਾ ਹੈ, ਖਾਸ ਕਰ ਲੇਡੀਜ਼ ਦੇ ਨਾਲ ਵਿਸ਼ੇਸ਼ ਕਰ ਬਹੁਤ ਮਿਸਬਿਹੇਵ ਕਰਦਾ, ਗੁੱਸਾ ਇੰਨਾ, ਕਹਿੰਦੇ ਕਿ ਮੈਨੂੰ ਮੇਰਾ ਬੀਪੀ ਆਈ ਹੁੰਦਾ, ਗੋਲੀਆਂ ਦੋ ਖਾ ਲੈਂਦਾ, ਬੰਦਾ ਤਿੰਨ ਖਾ ਲੈਂਦਾ, ਅਤੇ ਮੈਨੂੰ, ਮੈਂ ਉਸ ਤੋਂ ਸੀਨੀਅਰ ਹਾਂ ਸਰਵਿਸ ਦੇ ਵਿੱਚ ਵੀ, ਇਹ ਨਹੀਂ ਪਤਾ ਕਿ ਮੈਨੂੰ ਕੀ ਕਹਿ ਦੇਵੇ। ਅਸੀਂ ਤਾਂ ਸੋਚਿਆ ਵੀ ਚਲੋ ਟਾਈਮ ਲੰਘ ਰਿਹਾ, ਅਤੇ ਪਰ ਹੁਣ ਇਹ ਰੋ ਰੋ ਕੇ ਮੇਰੇ ਕੋਲ ਵੀ ਬਰਦਾਸ਼ਤ ਨਹੀਂ ਹੁੰਦਾ, ਬੁਰਾ ਹਾਲ ਹੋਇਆ ਪਿਆ ਸਾਡੇ ਸਕੂਲ ਦਾ। ਮੰਗ ਕੀ ਕਰਦੇ ਹਾਂ ਜੀ, ਇਹ ਲੇਡੀਜ਼ ਅਤੇ ਇਹ ਨਾ ਕਿ ਕਿਸੇ ਦਾ ਘਰ ਬਰਬਾਦ ਨਾ ਹੋ ਜਾਵੇ, ਕਿਸੇ ਦਾ ਘਰ ਬਰਬਾਦ ਨਾ ਹੋ ਜਾਵੇ, ਕਿ ਇਹਨੂੰ ਇੱਥੋਂ ਬਦਲੀ ਕਰ ਦਿਓ ਇਹਦੀ, ਅਤੇ ਤਾਂ ਕਿ ਸਾਡਾ ਸਟਾਫ ਵਧੀਆ ਸਕੂਲ, ਦੋ ਤਿੰਨ ਲੇਡੀਜ਼ ਦੇ ਵਿੱਚ ਦੇ ਕਰਕੇ ਬਦਲੀ ਕਰਾ ਕੇ ਚਲੀ ਗਈ ਹੈ, ਸ਼ਹਿਰ ਦੀ ਲੇਡੀਜ਼ ਸ਼ਹਿਰ ਦੇ ਵਿੱਚ ਆ ਰਹੀ ਹੈ, ਮੈਨੂੰ ਇਹ ਸਮਝ ਨਹੀਂ ਆ ਰਹੀ। ਸਾਡਾ ਸਟਾਫ ਜਿਹੜਾ ਹੈਗਾ ਜੀ ਬਹੁਤ ਮਿਹਨਤੀ ਸਟਾਫ ਹੈ, ਇੰਨੀ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਵੀ ਸਾਨੂੰ ਸਿਰਫ 76 ਮਿਲਦੇ ਹੈ, ਰਾਤ ਨੂੰ 10-10 11-11 ਵਜੇ ਸਾਨੂੰ ਮੈਸੇਜ ਪਾਏ ਜਾਂਦੇ ਆ ਵੀ ਹੁਣ ਹੀ ਇਹ ਕੰਮ ਕਰਕੇ ਦਿਓ, ਅਸੀਂ ਬਹੁਤ ਪਰੇਸ਼ਾਨ ਹੋਏ ਵੇ ਹਾਂ, ਅਸੀਂ ਸਾਰੇ ਘਰ ਜਾ ਕੇ ਸਾਡੇ ਕੋਲੋਂ ਕੁਛ ਨਹੀਂ ਹੁੰਦਾ, ਅਸੀਂ ਸਿਰਫ ਸਕੂਲ ਜੋਗੇ ਰਹਿ ਗਏ ਹਾਂ, 24 ਘੰਟੇ ਅਸੀਂ ਸਕੂਲ ਜੋਗੇ ਹੀ ਹਾਂ ਸਿਰਫ, ਉਸ ਤੋਂ ਬਾਅਦ ਵੀ ਸਾਨੂੰ ਹਰ ਟਾਈਮ ਜਲੀਲ ਕੀਤਾ ਜਾਂਦਾ, 10 ਬੰਦੇ ਬਾਹਰਲੇ ਖੜ੍ਹੇ ਹੋਣ, 4 ਬੰਦੇ ਅੰਦਰਲੇ ਖੜ੍ਹੇ ਹੋਣ, ਕੁਛ ਨਹੀਂ ਦੇਖਿਆ ਜਾਂਦਾ, ਅੰਦਰ ਖੜ੍ਹੇ ਹਾਂ ਬਾਹਰ ਖੜ੍ਹੇ ਹਾਂ ਇਹ ਨਹੀਂ ਦੇਖਿਆ ਜਾਂਦਾ, ਸਾਨੂੰ ਜੋ ਗੰਦੇ ਤੋਂ ਗੰਦਾ ਵਰਡ ਬੋਲ ਸਕਦਾ ਬੋਲਿਆ ਜਾਂਦਾ, ਅਸੀਂ ਇਹ ਸੋਚਦੇ ਹਾਂ ਕਿ ਸਾਨੂੰ ਤਾਂ ਉੱਥੇ ਮਾਰ ਦਿਓ ਬਸ, ਸਾਡੀ ਇੱਕ ਸਿਰਫ ਸਾਨੂੰ ਸਿਰਫ ਮਾਰਨਾ ਰਹਿ ਗਿਆ, ਅਸੀਂ ਆਪਣੇ ਬੱਚਿਆਂ ਨੂੰ ਦੇਖ ਕੇ ਜਿੰਨੇ ਆ, ਸਾਨੂੰ ਸਕੂਲ 'ਚ ਜੀਣ ਜੋਗਾ ਨਹੀਂ ਛੱਡਿਆ ਵਾ। ਕੌਣ ਬੋਲਦਾ ਸਰ? ਸਾਨੂੰ ਹੈੱਡ ਬੋਲਦਾ ਜੀ, ਬਹੁਤ ਗੰਦਾ ਬੋਲਦਾ, ਸਰਦਾਰ ਜਗਮੀਤ ਸਿੰਘ ਜੀ, ਔਰ ਸਾਡੀ ਮੈਡਮ ਜਿਹਦੇ ਨਾਲ ਹੋਇਆ ਉਹ ਇੰਨੀ ਮਾਈਲਡ ਟੀਚਰ ਹੈ, ਉਹਦੀ ਕੋਈ ਸੋਹ ਨਹੀਂ ਖਾ ਸਕਦਾ ਲੇਡੀ ਦੀ, ਕਿਸੇ ਨੂੰ ਚੰਗਾ ਨਹੀਂ ਮਾੜਾ ਨਹੀਂ, ਅੰਮ 'ਚ ਹਮੇਸ਼ਾ ਪਰਫੈਕਟ, ਅੱਜ ਉਹਦੀ ਜੋ ਹਾਲਤ ਹੈ ਨਾ, ਸਾਨੂੰ ਦੇਖ ਕੇ ਸਾਡੇ ਹੱਥ ਪੈਰ ਕੰਬ ਰਹੇ ਆ। ਅਸੀਂ ਦੁਪਹਿਰੇ ਜੀ ਮੈਂ ਡਾਇਰੀ ਸਾਈਨ ਕਰਵਾਉਣ ਗਈ ਹਾਂ, ਮੈਡਮ ਨੂੰ ਦੇਖਿਆ ਅੰਦਰ ਹਾਲਤ ਠੀਕ ਨਹੀਂ ਹੈ, ਮੈਂ ਮੈਡਮ ਕੋਲ ਗਈ, ਮੈਂ ਕੀ ਹੋਇਆ, ਮੈਂ ਕਿਹਾ ਚਲੋ ਕੋਈ ਤਬੀਅਤ ਖਰਾਬ ਹੋ ਗਈ ਹੋਣੀ, ਬੀਪੀ ਗਰਮੀ ਲੱਗ ਗਈ, ਪਰ ਉਹ ਜਦੋਂ ਬੋਲਣਾ ਸ਼ੁਰੂ ਕੀਤਾ ਕਹਿੰਦੇ ਮੈਨੂੰ ਮੈਡਮ ਕੁਛ ਨਹੀਂ ਬਚਿਆ, ਹਾਲਤ ਖਰਾਬ ਹੈ ਕਹਿੰਦੇ। ਫਿਲਹਾਲ ਇਸ ਬੁਲੇਟਿਨ 'ਚ ਇਹਨਾਂ ਹੀ ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਵੇਖਦੇ ਰਹੋ ਇੰਡੀਆ ਨਿਊਜ਼।